ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਪਿਆਰੀ ਸਾਧ ਸੰਗਤ ਜੀ, ਦਰਸ਼ਨ ਕਰੀਏ ਗੁਰਦੁਆਰਾ ਸ਼ੀਸ਼ ਗੰਜ ਸਾਹਿਬ, ਚਾਂਦਨੀ ਚੌਕ ਦਿੱਲੀ। ਇਸ ਪਵਿੱਤਰ ਅਸਥਾਨ ਦੇ ਦਰਸ਼ਨ ਕਰਕੇ ਹਰ ਤਰ੍ਹਾਂ ਦਾ ਦੁੱਖ ਦੂਰ ਹੋ ਜਾਂਦਾ, ਕਿਉਂਕਿ ਗੁਰੂ ਤੇਗ ਬਹਾਦਰ ਜੀ ਦੀ ਇੰਨੀ ਕਿਰਪਾ ਕਿ ਜਿਹੜਾ ਸੱਚੇ ਦਿਲ ਨਾਲ ਚੱਲ ਗਿਆ ਉਹ ਕਦੇ ਖਾਲੀ ਹੱਥ ਨਹੀਂ ਮੁੜਿਆ। ਜਿਨ੍ਹਾਂ ਨੂੰ ਆਪਣੇ ਗੁਰੂ 'ਤੇ ਅਟੂਟ ਭਰੋਸਾ ਨਾ, ਗੁਰੂ ਉਹਨਾਂ ਦੀ ਲਾਜ ਹਮੇਸ਼ਾ ਬਣਾਏ ਰੱਖਦਾ। ਅਤੇ ਗੁਰੂ ਤੇਗ ਬਹਾਦਰ ਜੀ ਤਾਂ ਪਿਆਰ ਦਾ ਸਾਗਰ ਨੇ, ਉਹ ਬਹੁਤ ਪਿਆਰ ਕਰਦੇ ਆਪਣੀ ਸੰਗਤਾਂ ਦੇ ਨਾਲ। ਸ਼ੀਸ਼ ਗੰਜ ਸਾਹਿਬ ਜਾ ਕੇ ਅਰਦਾਸ ਕਰੋ, ਤੁਹਾਡੇ ਸਾਰੇ ਰੁਕੇ ਕੰਮ ਚੱਲ ਪੈਣੇ ਆ, ਕਿਸੇ ਅੱਗੇ ਹੱਥ ਫੈਲਾਉਣ ਦੀ ਲੋੜ ਨਹੀਂ ਪੈਣੀ। ਇੰਨੀ ਕਿਰਪਾ ਹੋ ਜਾਣੀ ਹੈ ਕਿ ਲੱਖਾਂ ਨੂੰ ਦੇਣ ਜੋਗੇ ਬਣ ਜਾਓਗੇ। ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਰਸ਼ਨ ਕਰਕੇ ਜਨਮਾਂ ਜਨਮਾਂ ਦੇ ਦੁੱਖ ਵੀ ਕੱਟੇ ਜਾਂਦੇ ਆ। ਆਓ ਸਾਰੇ ਰਲ ਕੇ ਅਰਦਾਸ ਕਰੀਏ ਕਿ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਸਾਰਿਆਂ ਦੇ ਘਰਾਂ 'ਚ ਸੁੱਖ ਲੈ ਕੇ ਆਉਣਾ, ਕਿਸੇ ਦੇ ਘਰ 'ਚ ਦੁੱਖ ਨਾ ਰਹਿਣ ਦੇਣਾ। ਸਾਰੀਆਂ ਸੰਗਤਾਂ ਆਪ ਜੀ ਦਾ ਹੀ ਪਰਿਵਾਰ ਹੈ ਅਤੇ ਆਪਣੇ ਪਰਿਵਾਰ 'ਤੇ ਮਿਹਰ ਭਰਿਆ ਹੱਥ ਹਮੇਸ਼ਾ ਬਣਾਏ ਰੱਖਣਾ। ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।